ਭਾਖੜਾ ਨਹਿਰ ਦੇ ਵਿੱਚ ਡਿੱਗੀਆਂ ਤਿੰਨ ਕੁੜੀਆਂ ਦੀਆਂ ਲਾਸ਼ਾਂ ਹੁਣ ਗੋਤਾਖੋਰਾਂ ਦੇ ਵੱਲੋਂ ਬਰਾਮਦ ਕਰ ਲਈਆਂ ਗਈਆਂ ਨੇ। ਦੱਸ ਦਈਏ ਕਿ ਬੀਤੇ ਦਿਨਾਂ ਜਦੋਂ ਛਬੀਲ ਪੀਣ ਦੇ ਲਈ ਇੱਕੋ ਪਰਿਵਾਰ ਦੀਆਂ ਇਹ ਤਿੰਨੋਂ ਧੀਆਂ ਗਈਆਂ ਤਾਂ ਰਾਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਹ ਨਹਿਰ ਦੇ ਵਿੱਚ ਲਾਪਤਾ ਹੋ ਜਾਂਦੀਆਂ ਨੇ। ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਭਾਲ ਕੀਤੀ ਜਾਂਦੀ ਹੈ ਤਾਂ ਕਿਹਾ ਜਾ ਰਿਹਾ ਕਿ ਕਰੀਬ 2 ਦਿਨਾਂ ਬਾਅਦ ਹੁਣ ਇਹਨਾਂ ਦੀ ਲਾਸ਼ਾਂ ਮਿਲੀਆਂ ਨੇ। ਤਾਂ ਦੱਸ ਦਈਏ ਕਿ ਜੋ ਗੋਤਾਖੋਰ ਨੇ ਉਹਨਾਂ ਦੇ ਵੱਲੋਂ ਸ਼ੱਕ ਜਤਾਇਆ ਗਿਆ ਕਿ ਜਦੋਂ ਉਹਨਾਂ ਨੇ ਇਹਨਾਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਲਾਸ਼ਾਂ ਦੇ ਹੱਥ ਪੈਰ ਸੀ ਉਹ ਬੰਨੇ ਹੋਏ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਦੇ ਕੋਲ ਇਸ ਦੀ ਜਾਂਚ ਦੀ ਗੁਹਾਰ ਵੀ ਲਗਾਈ ਹੈ। ਤਾਂ ਪਟਿਆਲਾ ਦੇ ਪਿੰਡ ਭੰਨਰਾਂ ਦੀਆਂ ਰਹਿਣ ਵਾਲੀਆਂ ਤਿੰਨੋਂ ਲੜਕੀਆਂ ਦੀ ਲਾਸ਼ ਜੋ ਹੈ ਉਹ ਨਿਕਲ ਚੁੱਕੀ ਹੈ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਲੈ ਕੇ ਵੱਡੇ ਖੁਲਾਸੇ ਹੁੰਦੇ ਵੀ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ 2 ਇਸ ਦੇ ਵਿੱਚੋਂ ਸਗੀਆਂ ਭੈਣਾਂ ਸੀ ਅਤੇ 1 ਜੋ ਲੜਕੀ ਸੀ ਉਹ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਈ ਹੋਈ ਸੀ। ਹਾਲਾਂਕਿ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਇਹ ਤਿੰਨੋਂ ਧੀਆਂ ਦੱਸੀਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਕਿ ਪਿੰਡ ਦੇ ਬਾਹਰਲੇ ਪਾਸੇ ਜਦੋਂ ਛਬੀਲ ਲੱਗੀ ਹੋਈ ਸੀ ਤਾਂ ਛਬੀਲ ਪੀਣ ਦੇ ਲਈ ਜਦੋਂ ਇਹ ਤਿੰਨੋਂ ਗਈਆਂ ਤਾਂ ਅਚਾਨਕ ਹੀ ਨਹਿਰ ਦੇ ਵਿੱਚ ਲਾਪਤਾ ਹੋ ਗਈਆਂ। ਹਾਲਾਂਕਿ ਜਦੋਂ ਇਹ ਲਾਪਤਾ ਹੋਈਆਂ ਤਾਂ ਉਸ ਸਮੇਂ ਖਬਰਾਂ ਇਹ ਵੀ ਸਾਹਮਣੇ ਆਈਆਂ ਸਨ ਕਿ ਇਹ ਤਿੰਨੋਂ ਘਰੋਂ ਲੜਕੇ ਗਈਆਂ ਨੇ, ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਸਾਫ਼ ਕਹਿ ਦਿੱਤਾ ਗਿਆ ਕਿ ਉਹਨਾਂ ਦੀ ਕੋਈ ਵੀ ਲੜਾਈ ਨਹੀਂ ਸੀ ਹੋਈ, ਸਿਰਫ ਉਹ ਘਰੋਂ ਇਹੀ ਕਹਿ ਕੇ ਗਈਆਂ ਸੀ ਕਿ ਉਹ ਛਬੀਲ ਪੀਣ ਦੇ ਲਈ ਜਾ ਰਹੀਆਂ ਨੇ। ਤਾਂ ਇਸ ਤੋਂ ਬਾਅਦ ਇਹ ਲਾਪਤਾ ਹੋਈਆਂ ਨੇ, ਪਰ ਹੁਣ ਜਦੋਂ ਗੋਤਾਖੋਰਾਂ ਦੇ ਵੱਲੋਂ ਤਿੰਨਾਂ ਦੀ ਲਾਸ਼ਾਂ ਨੂੰ ਕੱਢਿਆ ਗਿਆ ਤਾਂ ਉਸ ਨੂੰ ਲੈ ਕੇ ਵੱਡਾ ਖੁਲਾਸਾ ਇਹ ਹੋਇਆ ਕਿ 2 ਲਾਸ਼ਾਂ ਦੇ ਹੱਥ ਪੈਰ ਬੰਨੇ ਹੋਏ ਸੀ ਅਤੇ ਸੱਟਾਂ ਦੇ ਵੀ ਨਿਸ਼ਾਨ ਇਹਨਾਂ ਦੀ ਦੇਹ ਦੇ ਉੱਤੇ ਮਿਲੇ ਨੇ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਸ ਦੀ ਜਾਂਚ ਦੀ ਗੁਹਾਰ ਲਗਾਈ ਹੈ। ਤਾਂ ਕਈ ਦਿਨਾਂ ਤੋਂ ਇਹ ਲਾਪਤਾ ਸੀ ਤਿੰਨੋਂ ਨਾਬਾਲਗ ਬੱਚੀਆਂ। ਤਿੰਨਾਂ ਕੁੜੀਆਂ ਦੀ ਉਮਰ 14, 15 ਅਤੇ 16 ਸਾਲ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਪਾਣੀ ਪੀਣ ਗਈ ਹੈ, ਛਬੀਲ ਲੱਗੀ ਸੀਗੀ ਮੰਡੀ 'ਚ, ਫਿਰ ਅਸੀਂ 1-2 ਘੰਟੇ ਬਾਅਦ ਪਤਾ ਲੱਗਿਆ ਜੀ ਉੱਥੋਂ ਪਾਣੀ ਪੀਣ 'ਤੇ ਮੁੜੀਆਂ ਨਹੀਂ ਹੈਗੀਆਂ ਜੀ। ਅਸੀਂ ਤਲਾਸ਼ ਵੀ ਜਾਰੀ ਕੀਤੀ ਜੇ ਮਿਲੀਆਂ ਨਹੀਂ ਕੁੜੀਆਂ। ਆ ਪਤਾ ਨਹੀਂ ਲੱਗ ਰਿਹਾ ਕਿਸ ਨੇ ਸਿੱਟੀਆਂ ਕਿ ਕਿਸੇ ਨੇ ਮਾਰੀਆਂ, ਪਾ ਨਹਿਰ 'ਚ ਸਿੱਟੀਆਂ। ਕੋਈ ਗੱਲਬਾਤ ਨਹੀਂ ਕਰੀ, ਥੋੜ੍ਹੀ ਹੈਲਪ ਕਰੋ, ਪਤਾ ਲਾਓ ਜੀ ਕੁੜੀਆਂ ਦਾ ਜੀ ਕਿੱਦਾਂ ਗੱਲਬਾਤ ਹੋਈ ਹੈ ਜੀ। ਤੁਹਾਡੇ ਪਰਿਵਾਰ 'ਚ ਕਿੰਨੇ ਬੱਚੇ ਨੇ? ਤੁਸੀਂ ਕਹਿ ਕੇ ਇੱਕ ਬੱਚੇ ਦਾ ਦਿਮਾਗ ਨਹੀਂ ਠੀਕ, ਉਹ ਤਾਂ ਘਰ ਹੀ ਰਹਿੰਦਾ। ਮੁੰਡਾ ਤਾਂ ਪਾਗਲ, ਇਹੀ ਕੁੜੀਆਂ ਹੀ ਮੇਰੀਆਂ ਤਾਂ ਮੁੰਡੇ ਸੀਗੇ, ਇਹੀ ਹੱਥ ਵਟਾਉਂਦੀਆਂ ਸੀ। ਮੰਮੀ ਬਿਮਾਰ ਰਹਿੰਦੀ, ਨਾ ਦੀ ਘਰ ਰਹਿੰਦੀ ਉਹ ਵੀ। ਬਹੁਤ ਬੁਰਾ ਹਾਲ ਹੈਗਾ, ਮੰਜੇ 'ਤੇ ਪਈ 10 ਦਿਨ। ਤੀਸਰੀ ਬੱਚੀ ਕੌਣ ਹੈ ਨਾਲ? ਉਹ ਮੇਰੇ ਮਾਮੇ ਦੀ ਕੁੜੀ ਹੈਗੀ, ਉਹ ਵੀ ਇਕੱਠੇ ਹੀ ਰਹਿੰਦੇ ਸੀ ਬਰਾਈ। ਉਹ ਵੀ ਕੀ ਲੱਗਦਾ ਪਰਿਵਾਰ 'ਚ ਤਾਂ ਨਹੀਂ ਕਿਸੇ ਨੇ ਬੱਚੀ ਨੂੰ ਝਿੜਕਿਆ ਵੀ? ਕਈ ਵਾਰੀ ਬੱਚੇ ਤੈਸ਼ ਚੱਕ ਇਹੋ ਜਿਹਾ ਕਦਮ ਚੱਕ ਲੈਂਦੇ ਨੇ ਘਰ ਦੇ ਵਿੱਚ ਕੁਛ। ਉਹ ਪਾਣੀ ਪੀਣ ਗਈਆਂ ਤਾਂ ਵੀ ਬਹੁਤ ਖੁਸ਼ ਸੀਗੀਆਂ ਜੀ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ। ਆ ਪਤਾ ਨਹੀਂ ਲੱਗ ਰਿਹਾ ਜੀ ਕਿਸੇ ਨੇ ਮਾਰ ਕੇ ਸਿੱਟੀਆਂ, ਕਿੱਦਾਂ ਸਿੱਟੀਆਂ ਜੀ ਗੱਲ। ਇਸ ਦੀ ਤੁਸੀਂ ਜਾਣਕਾਰੀ ਕਰੋ ਜੀ ਕੁੜੀਆਂ ਦੇ, ਥੋੜ੍ਹਾ ਪਤਾ ਕਰੋ ਜੀ। ਬਿਲਕੁਲ ਸਰ, ਲੜਕੀ ਦੇ ਜਿਹੜੀਆਂ 2 ਬੱਚੇ ਨੇ ਉਹਦੇ ਪਿਤਾ ਸੀ ਜਿਹੜੇ ਦੱਸ ਰਹੇ ਸੀ ਮੇਰੇ ਨਾਲ, ਗੋਤਾਖੋਰ ਸ਼ੰਕਰ ਭਾਰਦਵਾਜ ਮੌਜੂਦ ਨੇ ਜਿਨ੍ਹਾਂ ਨੇ ਖਨੌਰੀ ਤੱਕ ਇਹਨਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਕੱਢਿਆ। ਸ਼ੰਕਰ ਜੀ, ਜਦੋਂ ਤੁਹਾਨੂੰ ਪਤਾ ਲੱਗਿਆ ਸੀ, ਕਦੋਂ ਉਹਦਾ ਪਤਾ ਲੱਗਿਆ ਇਸ ਘਟਨਾ ਦਾ, ਅਤੇ ਤੁਸੀਂ ਕੀ ਗੱਲ ਹੋਰ ਦੱਸੀ ਹੈ ਹੁਣ ਕਿ ਉਹਨਾਂ ਬੱਚੀਆਂ ਦੇ ਜਿਹੜੇ ਹੱਥ ਨਹੀਂ ਆਪਸ 'ਚ ਬੰਨੇ ਹੋਏ ਸੀਗੇ? ਇਹ ਭਾਨਰੇ ਪਿੰਡ ਦੀ ਗੱਲ ਹੈ ਜੀ। 12 ਤਰੀਕ 12 ਵਜੇ ਉੱਥੇ ਮੰਡੀ 'ਚ ਛਬੀਲ ਲੱਗੀ ਸੀ, ਤੋਂ ਬੱਚੇ ਪੀਣ ਗਏ ਸੀਗੇ ਜੋ ਪਰਿਵਾਰ ਦਾ ਦੱਸਣ ਦੇ ਮੁਤਾਬਿਕ। ਉਸ ਤੋਂ ਬਾਅਦ 13 ਨੂੰ ਇਹਨਾਂ ਨੂੰ ਡਕਾਲਾ ਚੌਂਕੀ ਮਿਸਿੰਗ ਕੰਪਲੇਂਟ ਰਖਾਈ, ਥਾਣਾ ਪਸਿਆਣਾ ਚੌਂਕੀ ਡਕਾਲਾ। ਅਤੇ ਅਸੀਂ ਉਹਦੀ ਜਿਹੜੇ ਗੋਤਾਖੋਰਾਂ ਨੂੰ ਇਹ ਵੱਖ ਵੱਖ ਰਾਜਾਂ 'ਚ ਇਹ ਪਰਿਵਾਰ ਵੀ ਲੱਭ ਰਿਹਾ ਸੀਗਾ ਅਤੇ ਗੋਤਾਖੋਰਾਂ ਨੂੰ ਜਦੋਂ ਇੰਟੀਮੇਸ਼ਨ ਸੀ ਗੋਤਾਖੋਰ ਵੀ ਲੱਭਣ ਲੱਗ ਗਏ ਸੀਗੇ। ਸੋ ਅੱਜ ਬੱਚੀਆਂ ਦੀ ਜਿਹੜੀ ਡੈੱਡ ਬੋਡੀਆਂ 2 ਸਾਨੂੰ ਸਮਾਣੇ ਤੋਂ ਮਿਲੀਆਂ, 1 ਖਨੌਰੀ ਤੋਂ ਮਿਲੀ ਹੈ। ਜਿਹੜੀ ਸਾਨੂੰ ਸਮਾਣੇ ਤੋਂ ਮਿਲੀਆਂ ਉਹ ਡੈੱਡ ਬੋਡੀ ਜਦੋਂ ਗੋਤਾਖੋਰ ਬਾਹਰ ਕੱਢਣ ਲੱਗੇ ਪਾਣੀ ਦੇ ਵਿੱਚੋਂ,
ਪਰ ਇੱਕ ਗੋਤਾਖੋਰ ਦੋ ਡੈੱਡ ਬੋਡੀਜ਼ ਨੂੰ ਨਹੀਂ ਕਰ ਸਕਦਾ, ਤਾਂ ਜਿਹੜੇ ਉਹ ਹੱਥ ਬੱਚਿਆਂ ਦੇ ਉਹ ਆਪਸ 'ਚ ਬੰਨ੍ਹੇ ਹੋਏ ਸੀਗੇ, ਤਾਂ ਉਹਨਾਂ ਨੂੰ ਖੋਲ੍ਹ ਕੇ ਮਤਲਬ ਕਿਸੇ ਪ੍ਰਕਾਰ ਨੂੰ ਉਹ ਡੈੱਡ ਬੋਡੀਆਂ ਨੂੰ ਇਕੱਲੀ ਇਕੱਲੀ ਬਾਹਰ ਲੈ ਕੇ ਆਏ ਨੇ। ਉੱਥੇ ਝਾਲ ਸੀਗੀ, ਝਾਲ 'ਚ ਬੋਡੀਆਂ ਦੋਨੋਂ ਫਸੀਆਂ ਹੋਈਆਂ ਸੀਗੀਆਂ। ਸ਼ੰਕਰ ਜੀ, ਤੁਸੀਂ ਰੋਜ਼ਾਨਾ ਐਸੇ ਕੇਸ ਦੇਖਦੇ ਹੋ ਲਾਸ਼ਾਂ ਦੇ, ਕੀ ਲੱਗਦਾ ਜਿਹੜੇ ਦੋ ਬੱਚੀਆਂ ਦੇ ਹੱਥ ਬੰਨੇ ਹੋਏ ਸੀ ਉਹ ਕਿਸ ਇਸ਼ਾਰਾ ਕਰਦੇ ਨੇ? ਕਿ ਕੋਈ ਖੁਦਕੁਸ਼ੀ ਲਈ ਜਾਂ ਕੋਈ ਹੋਰ ਵੀ ਹੋ ਸਕਦਾ, ਕੋਈ ਹੋਰ ਮੋਟਿਵ ਹੋਵੇ ਬੱਚੀਆਂ ਦੇ ਹੱਥ ਬੰਨ੍ਹ ਕੇ ਉਹਨੂੰ ਨਹਿਰ 'ਚ ਡਿੱਗਿਆ ਹੋਵੇ? ਨਹੀਂ ਦੇਖੋ, ਇਹ ਤਾਂ ਜਾਂਚ ਦਾ ਇੱਕ ਵਿਸ਼ਾ ਹੈਗਾ, ਪੁਲਿਸ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਦੇ ਸਕਦੀ, ਪਰ ਅਸੀਂ ਵੀ ਇਸ ਗੱਲ ਨੂੰ ਬਹੁਤ ਹਿੱਲ ਗਏ ਵੀ ਤਿੰਨ ਬੱਚੇ 14 ਸਾਲ, 15 ਸਾਲ ਅਤੇ 16 ਸਾਲ, ਤਿੰਨ ਬੱਚੇ ਨੇ ਛਾਲ ਮਾਰੀ ਔਰ ਗੋਤਾਖੋਰਾਂ ਨੂੰ ਪਤਾ ਨਾ ਲੱਗਿਆ, ਪੁਲਿਸ ਨੂੰ ਵੀ ਨਹੀਂ ਪਤਾ ਲੱਗਿਆ ਕਿਉਂਕਿ ਨਾਲ ਹੀ ਪੁਲਿਸ ਸਟੇਸ਼ਨ ਹੈ ਪਸਿਆਣਾ। ਔਰ ਜੇਕਰ ਕੋਈ ਛਾਲ ਮਾਰਦਾ ਤਾਂ ਰਾਹਗੀਰ ਜਾਂ ਕੋਈ ਨਾ ਕੋਈ, ਸਾਡੇ ਹਰ ਪੁਲਾਂ 'ਤੇ ਨੰਬਰ ਲਿਖੇ ਹੋਏ ਨੇ, ਸਾਨੂੰ ਗੋਤਾਖੋਰ ਇੰਟੀਮੇਸ਼ਨ ਦੇ ਦਿੰਦਾ ਹੈਗਾ, ਪਰ ਇਸ ਪ੍ਰਕਾਰ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਸਾਨੂੰ ਇੰਟੀਮੇਸ਼ਨ ਨਹੀਂ ਆਈ। ਪਰਿਵਾਰ ਨੇ ਇੱਕ ਫੋਟੋ ਪਾ ਕੇ ਔਰ ਇਹਨਾਂ ਦਾ ਸ਼ੱਕ ਸੀਗਾ ਵੀ ਸ਼ਾਇਦ ਬੱਚੇ ਕਿਤੇ ਮੱਥਾ ਟੇਕਣ ਚਲੇ ਗਏ, ਕਿਤੇ ਦੂਰ ਚਲੇ ਗਏ, ਉਸ ਕਰਕੇ ਪਰਿਵਾਰ ਵੱਖ ਵੱਖ ਰਹਿ ਜਾ, ਕਿਉਂਕਿ ਬਹੁਤ ਗਰੀਬ ਪਰਿਵਾਰ ਹੈ, ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ, ਕਿਉਂਕਿ ਤਿੰਨੋਂ ਬੱਚਿਆਂ ਦਾ ਮਰਨਾ ਬਹੁਤ ਹੀ ਮੁਸ਼ਕਿਲ ਔਰ ਦੁੱਖ ਦੀ ਘੜੀ ਹੈ। ਪਰ ਜਦੋਂ ਅਸੀਂ ਡੈੱਡ ਬੋਡੀ ਆ ਉਹਨਾਂ ਨੂੰ ਕੱਢੀਆਂ, ਜਿਵੇਂ ਕਿ ਦੋ ਸਾਨੇ ਸਮਾਣੇ ਤੋਂ ਕੱਢੀਆਂ, ਇੱਕ ਅਸੀਂ ਖਨੌਰੀ ਤੋਂ ਕੱਢੀ, ਕੱਪੜੇ ਜਿਹੜੇ ਸੀਗੇ ਉਹ ਕੱਪੜੇ ਦੋ ਬੱਚਿਆਂ ਦੇ ਜਿਹੜੇ ਸਮਾਣੇ ਤੋਂ ਕੱਢੇ, ਉਹਨਾਂ ਦੇ ਕੱਪੜੇ ਨਹੀਂ ਸੀ ਤਨ 'ਤੇ, ਸਿਰਫ ਇੱਕ ਨੇਫਾ ਸੀਗਾ, ਨੇਫਾ ਸੀਗਾ। ਕੀ ਲੱਗਦਾ ਉੱਪਰਲੇ ਕੱਪੜੇ ਨਹੀਂ ਸੀ? ਤੁਸੀਂ ਦੱਸ ਰਹੇ ਹੋ ਕਿ ਬੱਚਿਆਂ ਦੇ ਜਿਹੜਾ ਕੁੜਤਾ ਪਾਇਆ ਹੁੰਦਾ ਉਹ ਨਹੀਂ ਸੀ ਹੈਗਾ, ਕੀ ਲੱਗਦਾ ਜਦੋਂ ਕੋਈ ਬੰਦਾ ਡੁੱਬਦਾ ਹੈ ਜਾਂ ਮੰਨ ਲਓ ਕਿ ਹਫ਼ਤਾ ਤੋਂ ਉੱਪਰ ਹੋ ਗਿਆ, ਕੀ ਕੱਪੜੇ ਲੈ ਜਾਂਦੇ ਨੇ ਇਸ ਹਾਲਤ ਦੇ ਵਿੱਚ? ਕਿਉਂਕਿ ਅਕਸਰ ਅਸੀਂ ਲਾਸ਼ਾਂ ਦੇਖਦੇ ਹਾਂ ਕਿ ਉਹ ਕੱਪੜੇ ਪੂਰੇ ਪਾਏ ਹੁੰਦੇ ਨੇ, ਫਟ ਜਾਂਦੇ ਨੇ ਪਰ ਨਾਲ ਲਟਕਦੇ ਹੁੰਦੇ ਨੇ, ਕੀ ਲੱਗਦਾ? ਨਹੀਂ ਕੱਪੜੇ ਦੇਖੋ ਜੀ, ਇਹ ਤਾਂ ਜਿਹੜੀ ਝਾਲਾਂ ਪੈਂਦੀਆਂ ਨੇ ਕੱਪੜੇ ਟੋਟਲ ਉਤਰ ਜਾਂਦੇ ਨੇ ਲੇਡੀਜ਼ ਕਰਕੇ ਖਾਸ ਕਰ, ਪਰ ਜੇ ਨਾਲਾ ਵਗੈਰਾ ਟਾਈਟ ਬੰਨਿਆ ਹੋਇਆ, ਕਿਸੇ ਪ੍ਰਕਾਰ ਦੀ ਕੋਈ ਸਟਿੱਕ ਪਜਾਮੀ ਪਾਈ ਹੋਵੇ, ਕੁਝ ਪਰਸੈਂਟ ਉਹ ਰਹਿ ਜਾਂਦੀ ਹੈ ਜੀਨ ਸਕਿਨ ਜਿਹੜੀ ਟਾਈਟ ਹੁੰਦੀ ਉਹ, ਪਰ ਕੱਪੜੇ ਜਿਹੜੇ ਇਹ ਬੱਚਿਆਂ ਦੇ ਉੱਤਰੇ ਸੀ, ਇਕੱਲਾ ਨੇਫਾ ਹੀ ਸੀਗਾ, ਪਰ ਜਿਹੜੀ ਖਨੌਰੀ ਬੋਡੀ ਸੀਗੀ ਉਸਦੇ ਪੂਰੀ ਸਲਵਾਰ ਸੀ, ਕਮੀਜ਼ ਨਹੀਂ ਸੀਗਾ, ਔਰ ਜਿਹੜਾ ਉਹਨਾਂ ਦਾ ਸ਼ਾਇਦ ਸਾਡੇ ਹਿਸਾਬ ਨਾਲ ਵੀ ਥੋੜ੍ਹੀ ਬਹੁਤ ਜਿਹੜੀ ਸੱਟਾਂ ਦੀ ਗੱਲ ਕਰਦੇ ਨੇ, ਸੱਟਾਂ ਜਿਹੜੀਆਂ ਸੀਗੀਆਂ ਉਹ ਕਈ ਵਾਰੀ ਝਾਲ ਦੀ ਵੀ ਲੱਗ ਜਾਂਦੀਆਂ ਨੇ, ਉਹਦੇ ਵਿੱਚ ਕਬਾੜ ਹੁੰਦਾ, ਪੱਥਰ ਵਗੈਰਾ ਹੁੰਦੇ ਨੇ, ਉਹਨਾਂ ਦੇ ਵੀ ਸੱਟਾਂ ਲੱਗ ਜਾਂਦੀਆਂ ਨੇ ਜੀ। ਪਰ ਜਿਹੜਾ ਪ੍ਰਾਈਵੇਟ ਪਾਰਟ ਸੀਗਾ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਇੱਕ ਬੋਡੀ 'ਚ ਸਾਨੂੰ ਲੱਗਿਆ ਵੀ ਕੁਛ ਕੁ ਪਰਸੈਂਟ ਉਹ ਬਾਹਰ ਨੂੰ ਸੀਗਾ, ਕਿਉਂਕਿ ਕੱਪੜੇ ਨਹੀਂ ਸੀਗੇ ਇਸ ਕਰਕੇ ਬਾਹਰ ਨੂੰ ਦਿਖ ਰਿਹਾ ਸੀ ਸਾਨੂੰ, ਪਰ ਉਹ ਵੀ ਇਹਦੀ ਜਾਣਕਾਰੀ ਜ਼ਿਆਦਾ ਪੁਲਿਸ ਜਾਂ ਪੋਸਟਮਾਰਟਮ ਦੀ ਰਿਪੋਰਟ ਬੋਲ ਸਕਦੀ ਹੈ। ਸੋ ਸ਼ੰਕਰ ਭਾਰਦਵਾਜ ਨੇ ਜਿਨ੍ਹਾਂ ਨੇ ਪੂਰੀ ਗੱਲ ਦੱਸੀ ਹੈ, ਕਿਉਂਕਿ ਅਕਸਰ ਜਿਹੜੀ ਇਹਨਾਂ ਦੀ ਟੀਮ ਹੈ ਉਹ ਖਨੌਰੀ ਤੱਕ ਵੱਖ ਵੱਖ ਰਾਜਾਂ 'ਚ ਜਾ ਕੇ ਲਾਸ਼ਾਂ ਨੂੰ ਲੱਭਣ ਦਾ ਕੰਮ ਕਰਦੀ ਹੈ, ਅਤੇ ਇਹਨਾਂ ਨੂੰ ਇੰਨਾ ਕੁ ਤਜਰਬਾ ਹੈਗਾ ਕਿ ਜਿਹੜੀਆਂ ਬੱਚੀਆਂ ਦੇ ਦੋਨਾਂ ਦੇ ਹੱਥ ਬੰਨੇ ਹੋਏ ਸੀ ਉਹਦੀ ਜਾਂਚ ਹੋਣੀ ਚਾਹੀਦੀ ਹੈ, ਅਤੇ ਨਾਲ ਹੀ ਇੱਕ ਬੱਚੀ ਦੀ ਲਾਸ਼ ਖਨੌਰੀ ਮਿਲੀ ਹੈ ਸੰਗਰੂਰ, ਕਿ ਉਹਦੇ ਸਰੀਰ ਦੇ ਉੱਪਰ ਨਿਸ਼ਾਨ ਸੀ ਜ਼ਖਮਾਂ ਦੇ, ਹੋ ਸਕਦਾ ਜ਼ਖਮ ਝਾਲ ਦੇ ਵਿੱਚ ਡਿੱਗਣ ਨਾਲ ਜਾਂ ਜਿਹੜਾ ਕੂੜ ਕਬਾੜ ਹੁੰਦਾ ਉਹਦੇ ਨਾਲ ਹੁਣ, ਪਰ ਜਾਂਚ ਦਾ ਵਿਸ਼ਾ ਜ਼ਰੂਰ ਹੈ, ਅਤੇ ਪੂਰਾ ਪਰਿਵਾਰ ਦੀ ਹਾਲਤ ਐਸੀ ਹੈ ਕਿ ਇਹ ਜਿਹੜੀਆਂ ਦੋ ਬੱਚੀਆਂ ਇੱਕੋ ਪਰਿਵਾਰ ਦੀਆਂ ਸੀ, ਉਹ ਘਰ ਦਾ ਜਿਹੜਾ ਗੁਜ਼ਾਰਾ ਸੀ ਪਰਿਵਾਰ ਦੇ ਨਾਲ ਮਿਲ ਕੇ ਕਰਦੇ ਸੀ, ਕਿਉਂਕਿ ਪਰਿਵਾਰ ਦਾ ਇੱਕ ਜਿਹੜਾ ਬੱਚਾ ਲੜਕਾ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗਾ ਅਤੇ ਉਹ ਘਰ ਹੀ ਰਹਿੰਦਾ, ਅਤੇ ਹੁਣ ਇਹਨਾਂ ਤਿੰਨ ਬੱਚਿਆਂ ਦੀ ਮੌਤ ਦੇ ਨਾਲ ਇਸ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਉਹਨਾਂ ਨੂੰ ਇਹ ਨਹੀਂ ਸੁੱਝ ਰਿਹਾ ਕਿ ਅਸੀਂ ਆਖਿਰ ਜਾਈਏ ਤਾਂ ਜਾਈਏ ਕਿੱਥੇ, ਪਰ ਲੋੜ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੂਗੀ ਅਤੇ ਇਸ ਪੂਰੇ ਮਾਮਲੇ ਦਾ ਸੱਚ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਊਗਾ। ਪਟਿਆਲਾ ਦੇ ਰਾਜਿੰਦਰਾ ਹਸਪੀਟਲ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।